A South Asian Canadian channel. एक बार फिर तो सारे दर्शकों का स्वागत है ग्राउंड जीरो रिपोर्ट च। मैं हां मोनिका ते मेरे नाल मौजूद ने मेरे सहयोगी इंद्रजीत सिंह बख्शी जी। देखो पहला से गल कर रहे सी कैप्टन अमरिंदर सिंह दे पटियाला तों चोण लड़न बारे। हुण जेकर असीं गल करिए राष्ट्रीय मुद्दे ते तां दिल्ली सिख गुरुद्वारा मैनेजमेंट कमेटी वालों एक बार फिर तो कंगना रनौत नूं निशाने ते लिया गया। बीते काफी समय तो कंगना रनौत विवादां दे विच चल रही है ते हुण उहदी मुश्किल है जिहड़ी उह होर वध गई है क्योंकि डीएसजीएमसी वालों कंगना दे खिलाफ एक केस दायर किया गया है। मनजिंदर सिंह सिरसा वालों कंगना नूं उसकी विवादित टिप्पणी नूं लैके पटकार भी लगाई गई है। इस पूरे मुद्दे नूं तुसीं किस तरह वेखदे हो? मोनिका मैं तां कहांगा कि कंगना जिहड़े ने उह बॉलीवुड दे स्टार नहीं रह गए। उह तां ऐ लगदे ने कि शायद कंट्रोवर्सी जिहड़े ने उह गल्लां उह हमेशा ही करदे ने। हमेशा एक चीज होर वेखण नूं आई है कि पिछले कुछ समय की गल करिए ਤਾਂ ਉਹਨਾਂ ਨੇ ਪੰਜਾਬ ਨਾਲ ਰਿਲੇਟਡ ਕਿਸਾਨਾਂ ਨਾਲ ਰਿਲੇਟਡ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਹਰ ਪੰਜਾਬੀ ਨੇ ਹਰ ਦੇਸ਼ਵਾਸੀ ਨੇ ਜਿਹੜਾ ਉਸ ਟਿੱਪਣੀਆਂ ਨੂੰ ਕਿਤੇ ਨਾ ਕਿਤੇ ਗਲਤ ਠਹਿਰਾਇਆ। ਭਾਵੇਂ ਕਿ ਪਹਿਲਾਂ ਜੇ ਆਪਾਂ ਗੱਲ ਕਰੀਏ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਸੀ ਤਾਂ ਮੈਂ ਇਹ ਸਮਝਦਾ ਕਿ ਬੀਜੇਪੀ ਵਾਲਿਆਂ ਨੇ ਵੀ ਸ਼ਾਇਦ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਲੈ ਕੇ ਉਹਨਾਂ ਦੀ ਵਾਹ ਮਤਲਬ ਹਾਂ ਦੇ ਵਿੱਚ ਹਾਂ ਮਲਾਈ ਸੀ। ਪਰ ਅੱਜ ਦੀ ਜੇਕਰ ਮੈਂ ਗੱਲ ਕਰਾਂ ਤਾਂ ਸ਼ਾਇਦ ਬੀਜੇਪੀ ਵਾਲੇ ਖੁਦ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਕੰਗਨਾ ਰਣਾਵਤ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਟਿੱਪਣੀ ਜਿਹੜੀ ਆ ਉਹ ਕਿਸਾਨਾਂ ਪ੍ਰਤੀ ਕਰਨ, ਕਿਉਂਕਿ ਇਹਦਾ ਸਾਈਡ ਇਫੈਕਟ ਜਿਹੜਾ ਹੈਗਾ ਉਹ ਬੀਜੇਪੀ ਨੂੰ ਭੁਗਤਣਾ ਪੈਣਾ। ਇੱਕ ਪਾਸੇ ਬੀਜੇਪੀ 2022 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗਿਆ ਹੋਇਆ, ਦੂਜੇ ਪਾਸੇ ਆਪਾਂ ਵੇਖ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਮਤਲਬ ਕੰਗਨਾ ਰਣਾਵਤ ਜਿਹੜੇ ਨੇ ਐਸੀ ਸ਼ਬਦਾਵਲੀ ਉਹ ਇਸਤੇਮਾਲ ਕਰ ਰਹੇ ਨੇ ਜਿਸ ਨੂੰ ਲੈ ਕੇ ਠੀਕ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕਰਾਇਆ, ਬਣਦਾ ਵੀ ਸੀ ਕਿਉਂਕਿ ਤੁਸੀਂ ਇੱਕ ਕੌਮ ਨੂੰ ਜਿਹੜਾ ਹੈਗਾ ਟਾਰਗੇਟ ਕਰ ਰਹੇ ਹੋ, ਤੁਸੀਂ ਲਗਾਤਾਰ ਜਿਹੜਾ ਹੈਗਾ ਕਹਿ ਰਹੇ ਹੋ ਕਿ ਖਾਲਿਸਤਾਨੀ ਵਰਡ ਇਸਤੇਮਾਲ ਕਰਦਾ ਕੀਤਾ ਜਾ ਰਿਹਾ ਹੈਗਾ। ਫਿਰ ਜਦੋਂ ਤੁਸੀਂ ਉਹਨਾਂ ਨੂੰ ਸਿੱਧੇ ਤੌਰ ਤੇ ਖਾਲਿਸਤਾਨੀ ਇਸਤੇਮਾਲ ਉਹਨਾਂ ਦੇ ਲਈ ਕਰਦੇ ਪਏ ਹੋ ਤੇ ਫਿਰ ਉਸ ਤੋਂ ਬਾਅਦ ਇਹ ਜੀ ਟਿੱਪਣੀ, ਮੈਂ ਜੇਕਰ ਸੱਚੀ ਗੱਲ ਹੈ ਕਿ ਮੈਂ ਜੋ ਉਹਨਾਂ ਨੇ ਲਿਖਿਆ ਨਾ ਮੈਂ ਉਹ ਦਿਖਾਉਣਾ ਚਾਹਾਂ। ਮੈਂ ਆਪਣੇ ਐਡੀਟਰ ਨੂੰ ਵੀ ਕਹੂੰਗਾ ਕਿ ਕੰਗਨਾ ਰਣਾਵਤ ਦੀ ਫੋਟੋ ਜ਼ਰੂਰ ਚਲਾ ਦਿਓ, ਬਟ ਜੋ ਉਹਨਾਂ ਨੇ ਲਿਖਿਆ ਉਹਨੂੰ ਦਿਖਾਉਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਇੰਨਾ ਸ਼ਰਮਨਾਕ ਕਾਰਾ ਜਿਹੜਾ ਹੈਗਾ ਕੰਗਨਾ ਰਣਾਵਤ ਨੇ ਕੀਤਾ ਹੈ ਸਿੱਖ ਕੌਮ ਪ੍ਰਤੀ। ਸਾਡੀ ਸਿੱਖ ਕੌਮ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਜਿਹੜੇ ਗੁਰੂ ਸਾਹਿਬਾਨ ਜਾਂ ਸਿੱਖ ਕੌਮ ਹੈ ਉਹ ਹਮੇਸ਼ਾ ਹੀ ਮਾਨਵਤਾ ਦੀ ਭਲਾਈ ਦੇ ਲਈ ਸਾਰਿਆਂ ਨਾਲੋਂ ਅੱਗੇ ਆਉਂਦੇ ਨੇ, ਪਰ ਜਿਸ ਤਰ੍ਹਾਂ ਦੀ ਸ਼ਬਦਾਵਲੀ ਕੰਗਨਾ ਰਣਾਵਤ ਵਰਗੇ ਇਨਸਾਨ ਜਿਹੜੇ ਨੇ ਉਹ ਲਈ ਕਰਦੇ ਨੇ ਖਾਲਿਸਤਾਨੀ ਵਰਡ ਠੀਕ ਹੈ ਮਤਲਬ ਬੋਲਤਾ, ਪਰ ਉਸ ਤੋਂ ਅੱਗੇ ਦੀ ਜਿਹੜੀ ਭਾਸ਼ਾ ਜਿਹੜੀ ਹੈਗੀ ਆ ਉਹ ਇੰਨੀ ਜ਼ਿਆਦਾ ਮਤਲਬ ਆਪਾਂ ਕਹਿ ਸਕਦੇ ਗਲਤ ਭਾਸ਼ਾ ਜਿਹੜੀ ਇਸਤੇਮਾਲ ਕੀਤੀ ਗਈ ਹੈ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਹੋਣਾ ਬਣਦਾ ਵੀ ਸੀ। ਤੇ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਇਸ ਮਾਮਲੇ ਦਾ ਸੰਗਿਆਨ ਜਿਹੜਾ ਦਿੱਲੀ ਪੁਲਿਸ ਨੂੰ ਜਲਦ ਤੋਂ ਜਲਦ ਲੈਣਾ ਚਾਹੀਦਾ ਤੇ ਇਸ ਦੇ ਖਿਲਾਫ਼ ਕੰਗਨਾ ਦੇ ਖਿਲਾਫ਼ ਇਹ ਤੁਸੀਂ ਇੱਕ ਮਾਮਲਾ ਵੇਖਿਆ ਜੇ ਤੁਸੀਂ ਵੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਨਾ ਦੇ ਖਿਲਾਫ਼ ਪੰਜਾਬ ਦੇ ਵਿੱਚ ਵੀ ਮਾਮਲੇ ਦਰਜ ਹੋਣਗੇ ਕਿਉਂਕਿ ਕੰਗਨਾ ਰਣਾਵਤ ਦਾ ਜਿਹੜਾ ਵਿਵਾਦਾਂ ਦੇ ਨਾਲ ਪੁਰਾਣਾ ਰਿਸ਼ਤਾ ਹੈ। ਤੇ ਦੂਜੀ ਗੱਲ ਇਹ ਕਹਿ ਦਈਏ ਕਿ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨ ਜਦੋਂ ਵਾਪਸ ਹੋਏ ਨੇ ਉਹ ਇੰਨੇ ਜ਼ਿਆਦਾ ਬੁਖਲਾ ਗਏ ਨੇ, ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਉਹ ਆਪਣੇ ਹੀ ਹੁਣ ਪ੍ਰਧਾਨ ਮੰਤਰੀ ਨੂੰ ਵੀ ਗਲਤ ਕਹੀ ਜਾਂਦੇ ਨੇ, ਬੀਜੇਪੀ ਨੂੰ ਤਾਂ ਚਲੋ ਕਹਿਣੀ ਕਹਿ ਹੀ ਰਹੇ ਨੇ, ਨਾਲ ਤੇ ਨਾਲ ਕਾਂਗਰਸ ਦੇ ਜਿਹੜੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਉਹਨਾਂ ਦੀ ਵੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ, ਉਹਨਾਂ ਦੇ ਬਾਰੇ ਵੀ ਉਹਨਾਂ ਨੇ ਆਪਣੀ ਇਸ ਪੂਰੀ ਉਹਦੇ ਵਿੱਚ ਲਿਖਿਆ ਹੈਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ ਸਿੱਖਾਂ ਦੇ ਨਾਲ ਕੀਤਾ ਤੇ ਕਿਉਂ ਮਤਲਬ ਜਿਹੜਾ ਆਪਣਾ ਇਹ ਕਹਿ ਦਈਏ ਕਿ ਤਸ਼ੱਦਤ ਨੂੰ ਜਿਹੜਾ ਹੈਗਾ ਉਹਨਾਂ ਨੇ ਕਿਸੇ ਨਾ ਕਿਤੇ ਸਹੀ ਕਰਾਰ ਦਿੱਤਾ ਹੈਗਾ। ਤੇ ਉਹੋ ਜਿਹਾ ਹੀ ਉਹ ਭਾਜਪਾ ਤੋਂ ਚਾਹੁੰਦੇ ਸਨ ਕਿ ਸਿੱਖਾਂ ਦੇ ਨਾਲ ਉਹ ਇਸ ਤਰ੍ਹਾਂ ਦਾ ਵਰਤਾਰਾ ਕਰਦੇ, ਭਾਵੇਂ ਕਿ ਭਾਜਪਾ ਕੇਂਦਰ ਸਰਕਾਰ ਦੀ ਜੇਕਰ ਆਪਾਂ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਘੱਟੋ ਘੱਟ ਉਹਨਾਂ ਨੇ ਇਸ ਤਰ੍ਹਾਂ ਦਾ ਕੁਛ ਨਹੀਂ ਕੀਤਾ, ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹ ਵਾਪਸ ਲਏ ਨੇ ਤੇ 2022 ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਸੌਫਟ ਕਾਰਨਰ ਦੇ ਵਜੋਂ ਜਿਹੜਾ ਹੈਗਾ ਹੁਣ ਭਾਜਪਾ ਨੂੰ ਥੋੜ੍ਹਾ ਜਿਹਾ ਉਹ ਜ਼ਰੂਰ ਵੇਖਿਆ ਜਾਵੇਗਾ। ਪਰ ਅਜੇ ਤੱਕ ਕਿਸਾਨ ਜਿਹੜੇ ਨੇ ਉਹ ਲਗਾਤਾਰ ਕੁਛ ਮੰਗਾਂ ਤੇ ਅਜੇ ਵੀ ਅੜੇ ਹੋਏ ਨੇ ਤੇ ਪ੍ਰਦਰਸ਼ਨ ਉਹਨਾਂ ਦੇ ਵੀ ਜਾਰੀ ਨੇ। ਪਰ ਇੱਕ ਗੱਲ ਸਾਫ਼ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਿਆ ਕਿ ਟਵਿੱਟਰ ਅਕਾਊਂਟ ਜਿਹੜਾ ਹੈਗਾ
ਕੰਗਣਾ ਰਣਾਵਤ ਦਾ ਬੰਦ ਹੋਇਆ ਸੀ ਤਾਂ ਹੁਣ ਮੈਨੂੰ ਲੱਗਦਾ ਸਮਾਂ ਆ ਗਿਆ ਕਿ ਹੁਣ ਇੰਸਟਾਗ੍ਰਾਮ ਨੂੰ ਵੀ ਜਿਹੜੀ ਹੈਗੀ ਹੈ ਉਹ ਇੱਕ ਕਾਰਵਾਈ ਜਿਹੜੀ ਹੈ ਜਲਦ ਕੰਗਣਾ ਰਣਾਵਤ ਤੇ ਕਰ ਦੇਣੀ ਚਾਹੀਦੀ ਹੈ ਤਾਂ ਜੋ ਘੱਟੋ ਘੱਟ ਉਹਨਾਂ ਦੀ ਦੋ ਕੌਮਾਂ ਨੂੰ ਲੜਾਉਣ ਦੀ ਜਿਹੜੀ ਇੱਕ ਸਾਜਿਸ਼ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਜਿਹੜੀ ਹੈ ਉਹ ਖੁੱਲੇ ਤੌਰ ਤੇ ਇਸ ਪਲੇਟਫਾਰਮ ਦਾ ਇਸਤੇਮਾਲ ਉਹ ਨਾ ਕਰ ਸਕਣ। ਜੀ ਮੋਨਿਕਾ ਜੀ ਬਿਲਕੁਲ, ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੰਗਣਾ ਰਣੌਤ ਵੱਲੋਂ ਅਜਿਹੀਆਂ ਵਿਵਾਦਿਤ ਟਿੱਪਣੀਆਂ ਦਿੱਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਵੀ ਕਿਸਾਨੀ ਅੰਦੋਲਨ 'ਚ ਇੱਕ ਬਜ਼ੁਰਗ ਬੇਬੇ ਦੇ ਖਿਲਾਫ ਕੰਗਣਾ ਰਣੌਤ ਵੱਲੋਂ ਜਿਹੜੇ ਅਪਮਾਨਜਨਕ ਸ਼ਬਦ ਸੀਗੇ ਉਹ ਯੂਜ਼ ਕੀਤੇ ਗਏ ਸੀ ਤੇ ਇਸ ਨੂੰ ਲੈ ਕੇ ਵੀ ਉਹਨਾਂ ਦਾ ਕਾਫੀ ਵਿਰੋਧ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦੇ ਕੇ ਜਿਹੜੇ ਵਿਵਾਦ ਨੇ ਉਹ ਆਪਣੇ ਗੱਲ ਪਾ ਲਏ ਨੇ। ਕੁਛ ਦਿਨ ਪਹਿਲਾਂ ਹੀ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਤੇ ਇਹਨਾਂ ਵਿਵਾਦਿਤ ਬਿਆਨਾਂ ਤੋਂ ਬਾਅਦ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ, ਕੀ ਕਹੋਗੇ? ਬਿਲਕੁਲ ਮੋਨਿਕਾ, ਕਿਉਂਕਿ ਦੇਖੋ ਗੱਲ ਉਹੀ ਆ ਜਾਂਦੀ ਹੈ, ਪਦਮ ਸ਼੍ਰੀ ਅਵਾਰਡ ਜਿਹੜਾ ਉਹ ਭਾਰਤ ਦੇ ਉਸ ਨਾਗਰਿਕ ਨੂੰ ਦਿੱਤਾ ਜਾਂਦਾ ਹੈ ਜਿਸਨੇ ਘੱਟੋ ਘੱਟ ਇੱਕ ਫੀਲਡ ਦੇ ਵਿੱਚ ਜਿਹੜਾ ਹੈਗਾ ਉਹ ਵਧੀਆ ਕੰਮ ਕੀਤਾ। ਅਸੀਂ ਨਹੀਂ ਕਹਿੰਦੇ ਕਿ ਕੰਗਣਾ ਰਣਾਵਤ ਵਧੀਆ ਐਕਟਰਸ ਨਹੀਂ ਹੈਗੇ ਆ, ਬਟ ਐਕਟਰਸ ਹੋਣ ਦੇ ਨਾਲ ਨਾਲ ਉਹ ਵਧੀਆ ਇਨਸਾਨ ਵੀ ਹੋਣੇ ਚਾਹੀਦੇ ਹੈਗੇ ਆ। ਉਹਨਾਂ ਦੀ ਜਿਸ ਤਰ੍ਹਾਂ ਦੀ ਟਿੱਪਣੀਆਂ ਜਿਹੜੀਆਂ ਨੇ ਘੱਟੋ ਘੱਟ ਪਰਟੀਕੁਲਰ ਆਪਾਂ ਇਹ ਕਹਿ ਦਈਏ ਕਿ ਇੱਕ ਸਮਾਜ ਨੂੰ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ, ਬਾਰ ਬਾਰ ਇੱਕੋ ਬਾਰ ਜਿਹੜਾ ਫਾਰਮਰਸ ਨੂੰ ਟਾਰਗੇਟ ਕੀਤਾ ਜਾ ਰਿਹਾ, ਘੱਟੋ ਘੱਟ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਉਹ ਰੋਟੀ ਖਾਂਦੇ ਨੇ ਉਹ ਕਿਸਾਨ ਉਹ ਜ਼ਿਮੀਦਾਰ ਆਪਣੇ ਖੇਤਾਂ ਦੇ ਵਿੱਚ ਖੂਨ ਪਸੀਨੇ ਦੀ ਮਿਹਨਤ ਤੋਂ ਬਾਅਦ ਜਿਹੜਾ ਉਹ ਉਗਾਉਂਦਾ ਹੈਗਾ ਤੇ ਉਸ ਤੋਂ ਬਾਅਦ ਜੇਕਰ ਉਸਨੂੰ ਉਸ ਅਨਾਜ ਦਾ ਸਹੀ ਮੁੱਲ ਨਹੀਂ ਮਿਲੂਗਾ ਤਾਂ ਕਿਤੇ ਨਾ ਕਿਤੇ ਉਹ ਫਾਰਮਰ ਜਿਹੜਾ, ਕਿਉਂਕਿ ਜੇ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਅੱਜ ਤੱਕ ਇੰਨਾ ਵੱਡਾ ਅੰਦੋਲਨ ਫਾਰਮਰ ਦਾ ਨਹੀਂ ਹੋਇਆ ਹੈਗਾ ਜਿੰਨਾ ਵੱਡਾ ਅੰਦੋਲਨ ਆਪਾਂ ਪਿਛਲੇ ਕੁਛ ਸਮੇਂ ਤੋਂ ਵੇਖ ਰਹੇ ਹੈਗੇ ਆ। ਹੁਣ ਸਵਾਲ ਇਹ ਉੱਠਦਾ ਕਿ ਜਾਂ ਤਾਂ ਕੰਗਣਾ ਰਣਾਵਤ ਨੂੰ ਭਾਈ ਬੀਜੇਪੀ ਵਾਲੇ ਖੁਦ ਹੀ ਜਿਹੜਾ ਹੈਗਾ ਵੱਖਰੇ ਤੌਰ ਤੇ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਦੇ ਲਈ ਕਹਿ ਰਹੇ ਨੇ, ਜਾਂ ਫਿਰ ਦੂਜੇ ਪਾਸੇ ਇਹ ਕਿ ਕੰਗਣਾ ਰਣਾਵਤ ਭਾਈ ਜਾਣ ਬੁੱਝ ਕੇ ਜਿਹੜਾ ਹੈਗਾ ਉਹ ਮੀਡੀਆ ਦੇ ਵਿੱਚ ਰਹਿਣ ਦੇ ਲਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਕਰਦੀ ਆ ਰਹੀ ਹੈ, ਕਿਉਂਕਿ ਇਹ ਤਾਂ ਹੈ ਨੀ ਕਿ ਇਕੱਲੀ ਪੰਜਾਬ ਦੇ ਨਾਲ ਜਾਂ ਫਾਰਮਰ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ, ਚਾਹੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ, ਹਰ ਮੁੱਦੇ ਤੇ ਜਿਹੜੀ ਹੈ ਕੰਗਣਾ ਰਣਾਵਤ ਜਿਹੜੀ ਸੋਚ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਅੱਜ ਮੇਰੇ ਹਿਸਾਬ ਨਾਲ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਤੇ ਮੈਂ ਕਿਹਾ ਦਰਜਨ ਤੋਂ ਵੱਧ ਜਿਹੜੇ ਕੇਸ ਜਿਹੜੇ ਹੋਣਗੇ ਉਹਨਾਂ ਦੇ ਖਿਲਾਫ ਦਰਜ ਹੋਣਗੇ ਤੇ ਅੱਜ ਇਸ ਮੁੱਦੇ ਤੇ ਵੀ ਜਿਵੇਂ ਤੁਸੀਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਦਰਜ ਕਰਾ ਦਿੱਤਾ ਤੇ ਪੰਜਾਬ 'ਚ ਵੀ ਆਪਾਂ ਵੇਖਾਂਗੇ ਕਿ ਹੋਰ ਵੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਸੰਘਰਸ਼ ਤਾਂ ਪਹਿਲਾਂ ਹੀ ਕਰ ਰਹੀਆਂ ਸਨ, ਹੁਣ ਹੋ ਸਕਦਾ ਕਿ FIR ਜਿਹੜੀ ਹੈ ਉਹ ਵੀ ਦਰਜ ਕਰਾਉਣ। ਉੱਥੇ ਹੀ ਹੁਣ ਇੱਕ ਤਬਕੇ ਵੱਲੋਂ ਜਿਹੜੀ ਹੈ ਇਹ ਆਵਾਜ਼ ਵੀ ਉੱਠਣੀ ਸ਼ੁਰੂ ਹੋ ਗਈ ਹੈ ਕਿ ਕੰਗਣਾ ਰਣਾਵਤ ਨੂੰ ਜਿਹੜਾ ਅਵਾਰਡ ਜੋ ਸਨਮਾਨ ਭਾਰਤ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਉਸਨੂੰ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ, ਉਹ ਇਸਦੇ ਹੱਕਦਾਰ ਨਹੀਂ ਹੈ। ਇਸ ਸੰਬੰਧੀ ਜਿਹੜੀ ਹੈ ਉਹ ਆਵਾਜ਼ ਜਿਹੜੀ ਹੈ ਉਹ ਉੱਠਣੀ ਸ਼ੁਰੂ ਵੀ ਹੋ ਚੁੱਕੀ ਹੈ, ਭਾਵੇਂ ਕਿ ਪਿਛਲੇ ਸਮੇਂ ਆਪਾਂ ਵੇਖਿਆ ਸੀ ਕੰਗਣਾ ਰਣਾਵਤ ਨੇ ਖੁਦ ਇੰਸਟਾਗ੍ਰਾਮ ਤੇ ਪਾਇਆ ਸੀ ਕਿ ਜੇਕਰ ਉਹਨਾਂ ਦੀ ਕਹੀ ਗੱਲ ਜਿਹੜੀ ਹੈ ਉਹ ਗਲਤ ਸਾਬਤ ਹੁੰਦੀ ਹੈ ਤਾਂ ਉਹ ਖੁਦ ਹੀ ਜਿਹੜਾ ਹੈਗਾ ਆਪਣਾ ਅਸਤੀਫਾ ਉਹ ਦੇ ਦੇਣਗੇ ਤੇ ਉਹੀ ਹੁਣ ਕੁਛ ਆਪਾਂ ਵੇਖ ਪਾ ਰਹੇ ਹਾਂ ਕਿ ਕੰਗਣਾ ਰਣਾਵਤ ਦੇ ਖਿਲਾਫ ਜਿਹੜਾ ਹੈਗਾ ਪਦਮ ਸ਼੍ਰੀ ਅਵਾਰਡ ਵਾਪਸ ਲੈਣ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੰਗਣਾ ਰਣੌਤ ਪੰਜਾਬ ਦੇ ਹੀ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਕੁਝ ਦਿਨ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦੇ ਉਹ ਵਿਵਾਦੀ ਟਿੱਪਣੀਆਂ ਕਰ ਰਹੇ ਸੀ ਤਾਂ ਇਸ ਦੌਰਾਨ ਕੰਗਣਾ ਰਣੌਤ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਵੀ ਇੱਕ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਨੇ, ਪਰ ਲਗਾਤਾਰ ਹੀ ਉਹ ਕਿਸਾਨੀ ਜਿਹੜੇ ਅੰਦੋਲਨ ਨੇ ਜਾਂ ਕਿਸਾਨ ਨੇ ਉਹਨਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਇਸ ਸੋਚ ਪਿੱਛੇ ਕੀ ਜਿਹੜੀ ਮਾਨਸਿਕ ਸਥਿਤੀ ਹੋ ਸਕਦੀ ਹੈ? ਦੇਖੋ ਜੀ, ਮਾਨਸਿਕ ਸਥਿਤੀ ਤਾਂ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿ ਉਹ ਮਾਨਸਿਕ ਤੌਰ ਤੇ ਕਿੰਨੇ ਕੁ ਫਿੱਟ ਨੇ, ਕਿਉਂਕਿ ਸਵਾਲ ਜਿਹੜੇ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਜਿਹੜੇ ਉਹ ਕਰ ਹੀ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇਹਨਾਂ ਦਾ ਮੈਂਟਲੀ ਲੈਵਲ ਜਿਹੜਾ ਹੈਗਾ ਉਹ ਚੈੱਕ ਹੋਣਾ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਉਹ ਆਪਣੇ ਬਿਆਨਾਂ ਦੇ ਵਿੱਚ ਕਰਦੇ ਨੇ ਤੇ ਉਸ ਤੋਂ ਉਹਨਾਂ ਨੇ ਕਿਹਾ ਕਿ ਇਹ ਭਾਵੇਂ ਕਿ ਉਹ ਪਿਛਲੇ ਸਮੇਂ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਉਹ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਨੇ, ਪਰ ਸਮਝ ਨਹੀਂ ਆਉਂਦਾ ਕਿ ਜਿਸ ਸੂਬੇ ਦੇ ਵਿੱਚ ਉਹ ਹੈ ਹਿਮਾਚਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉੱਥੇ ਦੇ ਸੇਬ ਦੇ ਕਿਸਾਨਾਂ ਦੇ ਨਾਲ ਕੀ ਕੁਝ ਹੋਇਆ। ਅੱਜ ਸੇਬ ਦੇ ਕਿਸਾਨਾਂ ਨੂੰ ਉਹਨਾਂ ਦਾ ਮੁੱਲ ਨਹੀਂ ਮਿਲਿਆ, ਇਹੀ ਕਾਰਨ ਹੈ ਕਿ ਹਿਮਾਚਲ ਦੇ ਵਿੱਚ ਜਿੱਥੇ
ਇਹ ਸੰਘਰਸ਼ ਮੱਠਾ ਸੀ ਮਤਲਬ ਠੰਡਾ ਸੀ। ਉਸ ਤੋਂ ਬਾਅਦ ਉੱਥੇ ਕਿਸਾਨ ਜਿਹੜੇ ਨੇ ਉਹਨਾਂ ਨੇ ਵੀ ਸੰਯੁਕਤ ਕਿਸਾਨ ਮੋਰਚੇ ਦਾ ਖੂਬ ਸਾਥ ਦਿੱਤਾ, ਅੱਗੇ ਵਧੇ, ਉੱਥੇ ਵੀ ਸੰਘਰਸ਼ ਨੂੰ ਉਨਾ ਹੀ ਹੁਲਾਰਾ ਮਿਲਿਆ। ਤੇ ਇਹੀ ਗੱਲ ਹੈ ਕਿ ਚਾਰ ਜਿਹੜੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੋਈਆਂ ਸਨ ਨਾ, ਉੱਥੇ ਉੱਥੇ ਇੱਕ ਵੀ ਸੀਟ ਜਿਹੜੀ ਆ ਭਾਜਪਾ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਈ ਆ। ਇਹੀ ਕਾਰਨ ਹੈ ਕਿ ਜਿੱਥੇ ਬੰਗਾਲ ਦੇਖਿਆ, ਬੰਗਾਲ ਦੇ ਵਿੱਚ ਬੀਜੇਪੀ ਹਾਰੀ, ਉਪ ਚੋਣਾਂ ਦੇ ਵਿੱਚ ਬੀਜੇਪੀ ਹਾਰੀ, ਯੂਪੀ ਕਰਕੇ ਜਿਹੜਾ ਹੈਗਾ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਨੇ। ਬੜੀ 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 ਸਾਫ਼ ਤੇ ਸਪਸ਼ਟ ਜੀ ਗੱਲ ਹੈ, 2022 ਦੀਆਂ ਚੋਣਾਂ ਦੇ ਵਿੱਚ ਯੂਪੀ ਖਤਰਾ ਜਿਹੜਾ ਸੀ ਸਾਬਤ ਹੁੰਦਾ ਨਜ਼ਰ ਆ ਰਿਹਾ ਸੀ ਬੀਜੇਪੀ ਨੂੰ। ਤੇ ਇਹੀ ਕਾਰਨ ਹੈ ਕਿ ਉਸ ਨੂੰ ਲੈ ਕੇ ਕੇਂਦਰ ਨੇ ਆਪਣਾ ਫੈਸਲਾ ਬਦਲਿਆ। ਜਿੱਥੇ ਭਾਜਪਾ ਬਾਰੇ ਕਿਹਾ ਜਾਂਦਾ ਸੀ ਜਾਂ ਨਰਿੰਦਰ ਮੋਦੀ ਹੁਣਾਂ ਬਾਰੇ ਕਿਹਾ ਜਾਂਦਾ ਸੀ ਕਿ ਭਾਜਪਾ ਜਦੋਂ ਇੱਕ ਵਾਰੀ ਕੋਈ ਫੈਸਲਾ ਲੈ ਲੈਂਦੀ ਹੈ ਉਸ ਤੋਂ ਪਿੱਛੇ ਨਹੀਂ ਹਟਦੀ, ਪਰ ਜਿਸ ਤਰ੍ਹਾਂ ਆਪਣੇ ਫੈਸਲੇ ਤੋਂ ਉਹ ਪਿੱਛੇ ਵੀ ਹਟੇ ਅਤੇ ਹੁਣ ਉਸਨੂੰ ਅਮਲੀ ਜਾਮਾ ਵੀ ਜਿਹੜਾ ਹੈਗਾ ਉਹ ਸੈਸ਼ਨ ਦੇ ਦੌਰਾਨ, ਸੰਸਦ ਸੈਸ਼ਨ ਦੇ ਦੌਰਾਨ ਜਿਹੜਾ ਹੈਗਾ ਸਰਦ ਰੁੱਤ ਦੇ ਉੱਚੋਂ ਪਵਾਇਆ ਵੀ ਜਾਊਗਾ। ਤੇ ਹੋ ਸਕਦਾ ਕਿ ਇਸ ਦੌਰਾਨ ਜਿਹੜੀਆਂ ਨੇ ਕਿਸਾਨਾਂ ਦੀ ਜਿਹੜੇ ਦੋ ਚਾਰ ਮੰਗਾਂ ਹੋਰ ਵੀ ਨੇ ਉਹ ਵੀ ਮੰਨੀਆਂ ਜਾਣਗੀਆਂ। 26 ਜਨਵਰੀ ਦਾ ਵਾਕਿਆ ਆਪਾਂ ਨਾ ਭੁੱਲੀਏ, 26 ਜਨਵਰੀ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਵੀ ਹੋਏ ਸਨ ਤੇ ਕਿਸਾਨਾਂ ਦੀ ਮੰਗ ਹੈ ਕਿ ਇੱਕ ਉਹ ਮਾਮਲੇ ਵੀ ਜਿਹੜੇ ਨੇ ਸਾਰੇ ਦੇ ਸਾਰੇ ਦੇਸ਼ ਧਰੋਈ ਦੇ ਰੱਦ ਹੋਣੇ ਚਾਹੀਦੇ ਨੇ। ਮੈਂ ਉਹੀ ਗੱਲ ਕਹਿ ਰਿਹਾ ਕਿ ਜੇਕਰ ਇਹ ਜੇਕਰ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਨੇ ਤਾਂ ਕਿਸਾਨਾਂ ਦੀਆਂ ਜਿਹੜੀਆਂ ਹੋਰ ਡਿਮਾਂਡਸ ਨੇ, 750 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਇਸ ਸੰਘਰਸ਼ ਚ ਸ਼ਹੀਦ ਹੋਏ ਨੇ। ਵੱਖ-ਵੱਖ ਸਰਕਾਰਾਂ ਨੇ ਐਲਾਨ ਕੀਤਾ ਪੈਸਿਆਂ ਦਾ ਤੇ ਕੇਂਦਰ ਤੋਂ ਵੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਆਪਣੇ ਤੌਰ ਤੇ ਜਿਹੜੀ ਹੈ ਘੱਟੋ ਘੱਟ ਆਰਥਿਕ ਮਦਦ ਕੀਤੀ ਜਾਵੇ। ਖੇਤੀ ਕਾਨੂੰਨ ਨੂੰ ਲੈ ਕੇ ਜਿਹੜੇ ਲੋਕਾਂ ਦੇ ਉੱਪਰ ਮਾਮਲੇ ਦਰਜ ਹੋਏ ਨੇ ਉਹ ਸਾਰੇ ਦੇ ਸਾਰੇ ਵਾਪਸ ਹੋ ਜਾਣ। ਇਹਨਾਂ ਨੂੰ ਆਪਾਂ ਕਿਉਂਕਿ ਸਮਾਂ ਕਿਉਂਕਿ ਕੁਛ ਹੀ ਦਿਨ ਹੋਏ ਨੇ, ਸੰਯੁਕਤ ਕਿਸਾਨ ਮੋਰਚਾ ਵੀ ਇਸ ਦੇ ਉੱਤੇ ਲਗਾਤਾਰ ਜਿਹੜੀ ਹੈ ਗੱਲਬਾਤ ਜਿਹੜੀ ਹੈ ਉਹ ਕਰਦਾ ਨਜ਼ਰ ਆ ਰਿਹਾ। ਤੇ ਉਹੀ ਗੱਲ ਹੈ ਕਿ ਬੀਜੇਪੀ ਵੀ ਜਿਹੜਾ ਹੈਗਾ ਉਹਨੂੰ ਵੀ ਪਤਾ ਹੈ ਕਿ ਹੁਣ ਜਿਹੜੀ ਹੈ ਦੁਬਾਰਾ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਊਗਾ ਤੇ ਉਸਦੇ ਵਿੱਚ ਇਸ ਤਰ੍ਹਾਂ ਦਾ ਆਪਾਂ ਨੂੰ ਵੇਖਣ ਨੂੰ ਮਿਲੂਗਾ। ਪਰ ਕੰਗਣਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੰਗਣਾ ਰਣਾਵਤ ਨੂੰ ਘੱਟੋ ਘੱਟ ਜ਼ਮੀਨੀ ਹਕੀਕਤ ਜਿਹੜੀ ਆ ਉਹ ਸਮਝਣ ਦੀ ਜ਼ਰੂਰਤ ਆ। ਤੇ ਜਿਸ ਤਰ੍ਹਾਂ ਉਹ ਬਿਆਨਬਾਜ਼ੀ ਉਹ ਦੇ ਰਹੇ ਨੇ ਲਗਾਤਾਰ, ਉਹਨਾਂ ਨੂੰ ਚਾਹੀਦਾ ਕਿ ਕਿਉਂਕਿ ਪੰਜਾਬੀਆਂ ਦਾ ਬਹੁਤ ਵੱਡਾ ਦਿਲ ਹੈ, ਮੈਂ ਤਾਂ ਇਹ ਕਹੂੰਗਾ ਪੰਜਾਬੀਆਂ ਦਾ ਬਹੁਤ ਵੱਡਾ ਦਿਲ ਹੈ, ਇਹ ਹਮੇਸ਼ਾ ਜਿਹੜੇ ਨੇ ਮਾਫ਼ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਪਰ ਜਿਸ ਤਰ੍ਹਾਂ ਦੀ ਉਹ ਲੈਂਗੁਏਜ ਪਿਛਲੇ ਲਗਾਤਾਰ ਇਸਤੇਮਾਲ ਕਰਦੇ ਆ ਰਹੇ ਨੇ ਫਾਰਮਰਸ ਐਜੀਟੇਸ਼ਨ ਨੂੰ ਲੈ ਕੇ, ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਵੀ ਜਿਹੜੇ ਨੇ ਉਹਨਾਂ ਨੂੰ ਕਿਸੇ ਤਰੀਕੇ ਇਸ ਤਰ੍ਹਾਂ ਮਾਫ਼ ਕਰ ਦੇਣਗੇ, ਕਿਉਂਕਿ ਇੱਕ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਮਨ ਦੇ ਵਿੱਚ ਠੇਸ ਜਿਹੜੀ ਹੈਗੀ ਆ ਕੰਗਣਾ ਦੇ ਖਿਲਾਫ, ਕਿਉਂਕਿ ਜਦੋਂ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਘਰ ਜਾਂ ਆਫਿਸ ਤੋੜਿਆ ਜਾ ਰਿਹਾ ਸੀ ਤਾਂ ਪੰਜਾਬੀਆਂ ਨੇ ਵੀ ਕੰਗਣਾ ਦੇ ਨਾਲ ਹਾਂ ਦਾ ਨਾਰਾ ਮਾਰਿਆ ਸੀ। ਉਹਨਾਂ ਨੇ ਕਿਹਾ ਸੀ ਕਿ ਕੰਗਣਾ ਦੇ ਨਾਲ ਗਲਤ ਹੋਇਆ, ਬਟ ਬਾਅਦ ਦੇ ਵਿੱਚ ਉਹ ਕੰਗਣਾ ਨੇ ਜਿਸ ਤਰ੍ਹਾਂ ਪੰਜਾਬੀਆਂ ਦੇ ਨਾਲ, ਕਦੇ ਦਿਲਜੀਤ ਦੇ ਨਾਲ ਉਹਨਾਂ ਦਾ ਪੰਗਾ ਪੈ ਜਾਂਦਾ, ਕਦੇ ਮਹਾਰਾਸ਼ਟਰ ਸਰਕਾਰ ਦੇ ਨਾਲ ਉਹਨਾਂ ਦਾ ਪੰਗਾ ਪੈ ਜਾਂਦਾ, ਕਦੇ ਉਹ ਫਾਰਮਰ ਦੇ ਨਾਲ ਗਲਤ ਬਿਆਨਬਾਜ਼ੀ ਕਰਦੇ ਆ, ਕਦੇ ਉਹ ਬੀਬੀ ਜਿਹੜੀ ਜਿਹੜੇ ਸਨ 100 ਸਾਲ ਦੇ ਜਿਹੜੇ ਸਨ ਐਜੀਟੇਸ਼ਨ ਵਿੱਚ ਭਾਗ ਲਿਆ ਸੀ ਉਹਨਾਂ ਨੂੰ ਕਹਿੰਦੇ ਕਿ ਕਿਰਾਏ ਤੇ ਜਿਹੜਾ ਹੈਗਾ ਇਹਨਾਂ ਨੂੰ ਲਿਆਇਆ ਗਿਆ ਹੈਗਾ। ਮਤਲਬ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕੰਗਣਾ ਕਿਤੇ ਨਾ ਕਿਤੇ ਪੰਜਾਬੀਆਂ ਦੇ ਟਾਰਗੇਟ ਤੇ ਆ ਗਈ ਹੈ। ਤੇ ਕਿਤੇ ਮਤਲਬ ਇਹ ਨਾ ਹੋਵੇ ਕਿ ਪੰਜਾਬੀ ਜਿਹੜੇ ਨੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਾਮਲੇ ਇੱਕ ਤਾਂ ਦਰਜ ਹੋ ਗਿਆ, ਹੋਰ ਕਿੰਨੇ ਕੁ ਮਾਮਲੇ ਦਰਜ ਹੋਣਗੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਆਪਾਂ ਵੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਜੀ ਜੇਕਰ ਗੱਲ ਕਰੀਏ ਅਗਲੇ ਮੁੱਦੇ ਦੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਉੱਤਰਾਖੰਡ ਪਹੁੰਚੇ ਹੋਏ ਨੇ ਤੇ ਕੱਲ ਯਾਨੀ 22 ਨਵੰਬਰ ਨੂੰ ਉਹ ਪੰਜਾਬ ਆ ਰਹੇ ਨੇ। ਪਹਿਲਾਂ ਵੀ ਉਹਨਾਂ ਦਾ ਪੰਜਾਬ ਦੌਰਾ ਜਿਹੜਾ ਰੱਦ ਹੋ ਚੁੱਕਾ ਹੈ ਤੇ ਕੱਲ ਨੂੰ ਉਹ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੌਰਾ ਕਰ ਰਹੇ ਨੇ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਬਿਲਕੁਲ ਮੋਨਿਕਾ, ਕੇਜਰੀਵਾਲ ਜਿਹੜੇ ਨੇ ਪੰਜਾਬ ਦੇ 2 ਦਿਨਾਂ ਦੌਰੇ ਤੇ ਆ ਰਹੇ ਨੇ ਤੇ ਵਾਈ ਮੀਡੀਆ ਦੇ ਗਰੁੱਪ ਐਡੀਟਰ ਰਿਟਰਨ ਚੀਫ ਯੁੱਧਵੀਰ ਜਸਵਾਲ ਉਹਨਾਂ ਨੇ ਪਿਛਲੇ ਦਿਨੀ ਜਿਹੜੀ ਹੈਗੀ ਹੈ ਗੱਲਬਾਤ ਕੀਤੀ ਹੈਗੀ ਹੈ ਸਾਬਕਾ IG ਕੁਵਰ ਵਿਜੇ ਪ੍ਰਤਾਪ ਦੇ ਨਾਲ ਖੁੱਲ ਕੇ ਜਿਹੜਾ ਹੈਗਾ ਇਸ ਚੀਜ਼ ਤੇ ਵਿਚਾਰ ਵਿਮਰਸ਼ ਵੀ ਜਿਹੜਾ ਹੈਗਾ ਉਹਨਾਂ ਦਾ IG ਕੁਵਰ ਵਿਜੇ ਪ੍ਰਤਾਪ ਦੇ ਨਾਲ ਹੋਇਆ ਹੈ। ਤੇ ਗੱਲਬਾਤ ਦੇ ਦੌਰਾਨ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇੱਕ ਆਹ ਸਵਾਲ ਆਹ ਵੀ ਕੀਤਾ ਸੀ ਕਿ ਕਦੋਂ ਕੇਜਰੀਵਾਲ ਜਿਹੜੇ ਨੇ ਉਹ ਪੰਜਾਬ ਦੌਰੇ ਤੇ ਆ ਰਹੇ ਨੇ, ਤਾਂ ਉਹਨਾਂ ਨੇ ਦੱਸਿਆ ਸੀ ਕਿ ਪੰਜਾਬ ਦੌਰੇ ਤੇ ਜਲਦ ਜਿਹੜਾ ਹੈਗਾ 22 ਤਰੀਕ ਨੂੰ ਕੇਜਰੀਵਾਲ ਜਿਹੜੇ ਨੇ ਉਹ ਆਉਣਗੇ ਤੇ ਲਗਭਗ 1 ਮਹੀਨਾ ਆਪਾਂ ਵੇਖਾਂਗੇ ਕਿ ਉਹ ਪੰਜਾਬ ਦੇ ਨਾਲ ਵੱਖ ਵੱਖ ਹਿੱਸਿਆਂ ਦੇ ਵਿੱਚ ਉਹ ਸਰਗਰਮ ਰਹਿਣਗੇ। ਹੁਣ ਮੋਗਾ ਆ ਰਹੇ ਨੇ, ਉਸ ਤੋਂ ਬਾਅਦ ਅੰਮ੍ਰਿਤਸਰ ਆਣਗੇ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਜਿਹੜੇ ਨੇ ਉਹ ਵੀ ਜਿਹੜੇ ਨੇ ਇੱਥੇ ਉਰੇ ਆਣਗੇ ਤੇ ਪੰਜਾਬ ਦੇ ਵਿੱਚ ਚੋਣ ਰੈਲੀਆਂ ਆਪਾਂ ਵੇਖਾਂਗੇ ਤੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਨਾਲ ਸ਼ਾਮਿਲ ਕਰਾਉਣਗੇ ਜਿਹੜੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ
जुड़ते हुए नजर आ रहे हैं। एक एक सवाल का जवाब देंदे देंदे कुंवर विजय प्रताप उन्होंने एक गल होर कही सी, उन्होंने युद्धवीर जसवाल उन्होंने कहा कि तुहानू नहीं लगता कि पंजाब दे विच जिहड़े विधायक उन्होंने हैगे है उन्होंने मोह जिहड़ा हैगा वह आम आदमी पार्टी तो टुटता नजर आ रहा है, तो यही कारण है कि लोग जिहड़े ने वह विधायक जिहड़े ने दूसरियां पार्टियां दा रुख करदे आ रहे हैं। तो कुंवर विजय प्रताप उन्होंने उसका जवाब देंदे हुए जो गल कही सी उसके उन्होंने कहा कि जिथे ये लोग ने जिहड़े पहले ही पार्टी तो टुटे हुए सन जां कांग्रेस दे विच जाना चाहते सन, चाहे तुहानू पता ही है कि सुखपाल सिंह खहरा दे नाल कौन कौन जा रहा सी, ते ठीक है जो जाना चाहते ने वह जा रहे ने, पर कांग्रेस के बहुत सारे लीडर इस समय कांग्रेस के आम आदमी पार्टी के संपर्क के विच ने जो आम आदमी पार्टी के विच आना चाहते ने। मतलब साफ यह है उन्होंने गलों तो आप अंदाजा लगा सकते हैं कि एक महीना अगला जरा हूँ दसंबर जरा महीना आना है उस दे विच दिल्ली की जी हाईकमान जी हैगी आम आदमी पार्टी जिदे वे वे लीडर जी आप गल करिए केजरीवाल तो है ही ने, चलो उन्होंने तो आने ही है हूँ, मनीष सिसोदिया भी सरगर्म जड़े ने ओह पंजाब दे विच रहणगे, पंजाब दे प्रभारी भी वह रह चुके हैं, उन्होंने पंजाब की बारे नॉलेज भी ज्यादा हैगी है नाल नाल, ते आपां वेखांगे कि हुण आम आदमी पार्टी पूरी जान जिहड़ी हैगी है वह 2022 दीआं चोणां दे विच पंजाब विधानसभा नूं लैके जिहड़ा हैगा लगातार करदी हुई नजर आएगी। ते आपां वेखांगे जिहड़ा इस बार क्योंकि सीएम का चेहरा जिहड़ा हैगा उसनूं लैके लगातार सवाल किए जा रहे सन, युद्धवीर हुणां ने आ सवाल भी जिहड़ा हैगा सी कुंवर विजय प्रताप उन्होंने किया, तो उन्होंने कहा कि नवंबर के घट्टो घट्ट साफ हो जाएगा कि पंजाब का मुख्यमंत्री का जिहड़ा चेहरा जिहड़ा हैगा आम आदमी पार्टी का वह कौन हो जा रहा है। चलो घट्टो घट्ट नवंबर में दिन किन्ने रह गए हैं, 10 दिन रह गए हैं, 10 दिन के जगह एक दौरा आप मोगा की गल कर लिए मोगा या फिर अमृतसर इन दोनों के एक दिन जिहड़ा हैगा शायद केजरीवाल वह अनाउंस जिहड़ा वह कर देन कि पंजाब के मुख्यमंत्री चेहरा वह कौन हो सकता है। यह जरा सवाल जो पिछले काफी समय तो बनिया हुआ सी उसते नजर जन वह बनिया हुई सन, शायद वह पर्दा उठ जाए क्योंकि 2017 वाली स्थिति जी है वह आम आदमी पार्टी दोबारा जोड़ा है वह नहीं चाहूगी कि उस तरह की स्थिति जी है वह दोबारा इस तरह बने तो हार का मूँह जोड़ा है उन्होंने वेखना पवे। कोशिश उन्हों की यही है कि इस बार घट्टो घट वह सत्ता के आने पंजाब बदलाव जोड़ा है पंजाब के जा सके। चर्चा की इस प्रोग्राम च फिलहाल सिर्फ इन्ना ही, मोनिका नूं देओ इजाजत, बने रहो वाई मीडिया ग्रुप दे चैनल वाई दे नाल। धन्नवाद।